ਅੱਲੂ ਅਰਜੁਨ ਆਪਣੀ ਅਪਕਮਿੰਗ ਫਿਲਮ ਪੁਸ਼ਪਾ 2 ਨੂੰ ਲੈ ਕੇ ਲਗਾਤਾਰ ਲਾਈਮਲਾਈਟ ਦੇ ਵਿੱਚ ਬਣੇ ਹੋਏ ਨੇ। ਹਾਲ ਫਿਲਹਾਲ ਹੀ ਉਹਨਾਂ ਦੀ ਐਡਵਾਂਸ ਬੁਕਿੰਗ ਦੇ ਅੰਕੜੇ ਸਾਹਮਣੇ ਆਏ ਸੀ, ਜਿਸ ਤੋਂ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਫਿਲਮ ਪਹਿਲੇ ਹੀ ਦਿਨ ਬੰਪਰ ਕਮਾਈ ਕਰ ਸਕਦੀ ਹੈ। ਹੁਣ ਤੁਹਾਨੂੰ ਦੱਸਦੇ ਚੱਲੀਏ ਕਿ ਹੁਣ ਇਸ ਫਿਲਮ ਦੇ ਨਾਲ ਨਾਲ ਇੱਕ ਹੋਰ ਬੇਹੱਦ ਹੀ ਖਾਸ ਖਬਰ ਜੁੜ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਅਗਰ ਇਸ ਫਿਲਮ ਦੀ ਟਿਕਟ ਦੇ ਨਾਲ ਤੁਸੀਂ ਇਹ ਸ਼ੇਅਰ ਖਰੀਦਦੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਡਬਲ ਫਾਇਦਾ। ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫਿਲਮ ਪੁਸ਼ਪਾ 2 ਰਿਲੀਜ਼ ਹੋ ਚੁੱਕੀ ਹੈ ਸਿਨੇਮਾ ਘਰਾਂ ਦੇ ਵਿੱਚ ਅਤੇ ਫਿਲਮ ਨੂੰ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਹੈ। ਇਸ ਫਿਲਮ ਦੇ ਨਾਲ ਇਹਨਾਂ ਸੁਪਰ ਸਟਾਰਾਂ ਦੀ ਜ਼ਬਰਦਸਤ ਕਮਾਈ ਹੋਵੇਗੀ, ਪਰ ਜੇਕਰ ਤੁਸੀਂ ਵੀ ਇਸ ਫਿਲਮ ਦੀ ਸਫਲਤਾ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸ਼ੇਅਰ ਵਿੱਚ ਪੈਸਾ ਲਗਾ ਸਕਦੇ ਹੋ। ਅਸਲ ਵਿੱਚ ਜਦੋਂ ਦਰਸ਼ਕ ਪੁਸ਼ਪਾ 2 ਦੇਖਣ ਲਈ ਮਲਟੀਪਲੈਕਸ ਦੇ ਵਿੱਚ ਜਾਣਗੇ ਤਾਂ ਇਸ ਕੰਪਨੀ ਦੇ ਸ਼ੇਅਰਸ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ, ਕਿਉਂਕਿ ਕੰਪਨੀ ਦਾ ਕਾਰੋਬਾਰ ਤੇ ਕਮਾਈ ਵਧੇਗੀ। ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੀ ਸਭ ਤੋਂ ਵੱਡੀ ਮਲਟੀਪਲੈਕਸ ਚੇਨ PVR ਦੀ। ਪਿਛਲੇ 5 ਟ੍ਰੈਂਡਿੰਗ ਸੈਸ਼ਨਾਂ ਵਿੱਚ PVR ਸ਼ੇਅਰਾਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਵਰਤਮਾਨ ਦੇ ਵਿੱਚ PVR ਦਾ ਸ਼ੇਅਰ 1600 ਰੁਪਏ ਦੇ ਪੱਧਰ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਪ੍ਰਮੁੱਖ ਬ੍ਰੇਕਰੇਜ ਹਾਊਸ UBS ਦਾ ਦਾਅਵਾ ਹੈ ਕਿ ਇਹ ਸਟਾਕ 2000 ਰੁਪਏ ਦੇ ਪੱਧਰ ਤੱਕ ਪਹੁੰਚ ਸਕਦਾ ਹੈ। PVR ਸ਼ੇਅਰਾਂ ਦੇ ਵਿੱਚ 27 ਨਵੰਬਰ ਤੋਂ 1462 ਰੁਪਏ ਦੇ ਲੈਵਲ 'ਤੇ ਖਰੀਦਦਾਰੀ ਦੇਖਣ ਨੂੰ ਮਿਲੀ ਸੀ ਅਤੇ ਹੁਣ ਪੁਸ਼ਪਾ 2 ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਇਹ ਸ਼ੇਅਰ 1602 ਰੁਪਏ ਦੇ ਪੱਧਰ 'ਤੇ ਆ ਗਿਆ ਹੈ। ਗਲੋਬਲ ਬ੍ਰੇਕਰੇਜ ਫਰਮ UBS ਨੇ PVR ਦੇ ਸ਼ੇਅਰ ਖਰੀਦਣ ਦੀ ਆਪਣੀ ਸਲਾਹ ਨੂੰ ਬਰਕਰਾਰ ਰੱਖਿਆ ਹੈ। UBS ਦੇ PVR ਸਟਾਕ 'ਤੇ ਆਪਣਾ ਟਾਰਗੇਟ ਪ੍ਰਾਈਜ਼ 1950 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਸ਼ੇਅਰ ਕਰ ਦਿੱਤਾ ਹੈ। ਬ੍ਰੇਕਰੇਜ ਹਾਊਸ ਦਾ ਕਹਿਣਾ ਹੈ ਕਿ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਦਾ ਰੂਲ ਦੀ ਰਿਲੀਜ਼ ਤੋਂ ਪਹਿਲਾਂ ਐਡਵਾਂਸ ਬੁਕਿੰਗ 100 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਅਜਿਹੇ ਵਿੱਚ ਬ੍ਰੇਕਰੇਜ ਫਰਮ ਨੂੰ ਉਮੀਦ ਹੈ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਬੁਕਿੰਗ 150 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ। ਪੁਸ਼ਪਾ 2 ਫਿਲਮ 5 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ, ਜੋ PVR ਆਈਨੋਕਸ ਅਤੇ ਹੋਰ ਫਿਲਮ ਡਿਸਟ੍ਰੀਬਿਊਟਰਾਂ ਅਤੇ ਥੀਏਟਰਾਂ ਲਈ ਬੰਪਰ ਕਮਾਈ ਦਾ ਸਰੋਤ ਹੋਵੇਗੀ।